ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਅੱਜ ਯੂਰੋਕੈਨ ਗਲੋਬਲ ਤੋਂ ਵੀਜ਼ਾ ਐਕਸਪਰਟ ਅਮਨਦੀਪ ਸਿੰਘ ਜੀ ਸਾਡੇ ਫਿਰ ਤੋਂ ਹਾਜ਼ਰ ਨੇ। ਔਰ ਅੱਜ ਗੱਲਬਾਤ ਕਰਾਂਗੇ ਸਟੱਡੀ ਵੀਜ਼ਾ ਬਾਰੇ, ਜੋ ਕਿ ਅੱਜ ਚਰਚਾ ਦਾ ਵਿਸ਼ਾ ਹੈ। ਯੂਕੇ ਨੂੰ ਲੈ ਕੇ ਅੱਜ ਬਹੁਤ ਚਰਚਾ ਹੈ। ਲੋਕ ਕਹਿ ਰਹੇ ਕਿ ਜਨਵਰੀ ਸੈਸ਼ਨ ਖਤਮ ਹੋ ਗਿਆ, ਪਰ ਬਹੁਤ ਸਾਰੀ ਯੂਨੀਵਰਸਿਟੀਜ਼ ਇੱਕ ਇੱਕ ਦਿਨ 'ਚ ਆਫਰ ਲੈਟਰ ਦੇ ਰਹੀ ਹੈ। ਅੱਜ ਵੀ ਜਿਹੜਾ ਬੱਚਾ ਯੂਕੇ ਸਟੱਡੀ ਵੀਜ਼ਾ ਜਾਣਾ ਚਾਹੁੰਦਾ ਹੈ, ਅਗਲੇ 10-15 ਮਿੰਟ ਉਹਦੀ ਜ਼ਿੰਦਗੀ ਲਈ ਅਹਿਮ ਹੋ ਸਕਦੇ ਨੇ। ਜਨਵਰੀ ਸੈਸ਼ਨ ਹਾਲੇ ਵੀ ਮਿਲ ਸਕਦਾ। ਅਮਨਦੀਪ ਸਿੰਘ ਜੀ ਗੱਲਬਾਤ ਕਰਨ ਲਈ ਹਾਜ਼ਰ ਨੇ। ਅਮਨਦੀਪ ਜੀ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨੀਸ਼ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ। ਸੋ ਯੂਕੇ ਦੀ ਚਰਚਾ ਹਰ ਪਾਸੇ ਹੈ, ਯੂਕੇ ਸਟੱਡੀ ਵੀਜ਼ਾ ਚਰਚਾ ਹਰ ਪਾਸੇ ਹੈ। ਬੱਚੇ ਨੂੰ ਵੀਜ਼ਾ ਸੌਖਾ ਮਿਲ ਰਿਹਾ, ਬੱਚੇ ਦੇ ਇੰਟਰਵਿਊ ਤੱਕ ਨਹੀਂ ਆ ਰਹੀਆਂ, ਇੱਕ ਇੱਕ 'ਚ ਆਫਰ ਲੈਟਰ ਆ ਰਹੀਆਂ ਨੇ। ਔਰ ਆਲਮੋਸਟ ਅੱਜ ਦੀ ਡੇਟ ਵਿੱਚ ਮੇਰੇ ਖਿਆਲ ਸਿਰਫ ਯੂਰੋਕੈਨ ਦੀ ਗੱਲ ਨਾ ਕਰੀਏ, ਸਾਰੇ ਕੰਸਲਟੈਂਟ ਦੀ ਗੱਲ ਕਰੀਏ, ਮੇਰੇ ਖਿਆਲ ਨੋਟ ਈਵਨ ਸਿੰਗਲ ਵੀਜ਼ਾ ਹੈਜ਼ ਬੀਨ ਰਿਫਿਊਜ਼, ਕੋਈ ਵੀਜ਼ਾ ਰਿਫਿਊਜ਼ ਨਹੀਂ ਹੋ ਰਿਹਾ। ਔਰ ਉਹ ਬੱਚਾ ਜਿਹੜਾ ਯੂਕੇ ਜਾਣਾ ਚਾਹੁੰਦਾ, ਬਹੁਤ ਗੋਲਡਨ ਟਾਈਮ ਚੱਲ ਰਿਹਾ। ਸੋ ਅਗਰ ਅੱਜ ਦੀ ਡੇਟ ਦੇ ਵਿੱਚ ਅਸੀਂ ਦਸੰਬਰ ਦੇ ਪਹਿਲੇ ਹਫ਼ਤੇ 'ਚ ਬੈਠੇ ਹਾਂ, ਅਗਰ ਕੋਈ ਬੱਚਾ ਹਾਲੇ ਵੀ ਚਾਹੁੰਦਾ ਹੈ ਜਨਵਰੀ ਸੈਸ਼ਨ ਲਈ ਅਪਲਾਈ ਕਰਨਾ, ਕੀ ਉਹਦੇ ਕੋਲ ਸਮਾਂ ਬਚਿਆ? ਬਹੁਤ ਵਧੀਆ ਟਾਈਮ ਹੈਗਾ, ਜਿਵੇਂ ਤੁਸੀਂ ਕਿਹਾ ਸੀਗਾ। ਥੋੜ੍ਹੇ ਦਿਨ ਪਹਿਲਾਂ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇੱਕ ਪ੍ਰੈਸ ਰਿਲੀਜ਼ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਡਾਟਾ ਸ਼ੇਅਰ ਕੀਤਾ ਕਿ 2018 ਦੇ ਵਿੱਚ 19,000 ਬੱਚਾ ਅਪਰੋਕਸੀਮੇਟ ਜਿਨ੍ਹਾਂ ਨੂੰ ਯੂਕੇ ਦਾ ਸਟੂਡੈਂਟ ਵੀਜ਼ਾ ਮਿਲਿਆ ਸੀ ਪੂਰੇ ਇੰਡੀਆ ਤੋਂ, ਇਸ ਸਾਲ ਉਹ ਨੰਬਰ 19,000 ਤੋਂ ਵੱਧ ਕੇ 30,000 ਨੂੰ ਅਪਰੋਕਸੀਮੇਟ ਟੱਚ ਕਰ ਰਿਹਾ, ਜੋ ਕਿ 63% ਦਾ ਇਨਕਰੀਜ਼ ਹੈਗਾ। ਸੋ ਆਪ ਦੇਖ ਸਕਦੇ ਹੋ ਕਿ ਇੱਕ ਸਾਲ ਪਹਿਲਾਂ ਜੋ ਨੰਬਰ ਸੀਗਾ 19,000 ਹੈਗਾ, ਉਹ ਉਸ ਟਾਈਮ 63% ਦੇ ਇਨਕਰੀਜ਼ ਨਾਲ 30,000 ਤੇ ਪਹੁੰਚ ਗਿਆ। ਅਗਲੇ ਸਾਲ ਜਿਵੇਂ ਮੈਂ ਪਹਿਲੇ ਇੱਕ ਸ਼ੋਅ ਦੇ ਵਿੱਚ ਮੈਂਸ਼ਨ ਵੀ ਕੀਤਾ ਸੀਗਾ, ਉਹਨਾਂ ਦਾ ਯੂਕੇ ਦੇ ਵਿੱਚ ਇਸ ਟਾਈਮ 2.5-3 ਲੱਖ ਬੱਚਾ ਪੜ੍ਹ ਰਿਹਾ ਵਾ, ਉਹਨਾਂ ਦਾ ਪ੍ਰੋਜੈਕਸ਼ਨ ਹੈਗਾ ਇਸ ਨੰਬਰ ਨੂੰ 6-7 ਲੱਖ ਤੱਕ ਲੈ ਕੇ ਜਾਣ ਦਾ। ਸੋ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਇਹ ਨਹੀਂ ਹੈਗਾ ਕਿ ਇੱਕ ਏਜੰਟ ਨੇ ਸਾਰਾ ਬੱਚਾ ਭੇਜਣਾ ਜਾਂ ਖਾਲੀ ਬੱਚਾ ਸਾਰਾ ਪੰਜਾਬ ਤੋਂ ਚਲਾ ਜਾਣਾ। ਸੋ ਜੋ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ, £35 ਬਿਲੀਅਨ ਦਾ ਉਹਨਾਂ ਦਾ ਇੰਡਸਟਰੀ ਦਾ ਪ੍ਰੋਜੈਕਸ਼ਨ ਹੈਗਾ ਵਾ ਵੀ ਇੰਨੇ ਵੀਜ਼ਾਸ ਅਸੀਂ ਦੇਣੇ ਨੇ। ਸੋ ਕਾਫੀ ਅੱਛੀ ਓਪਰਚੁਨਿਟੀ ਰਹੇਗੀ, ਖਾਲੀ 2019 ਨਹੀਂ ਵਧੀਆ, 2020 ਦਾ ਸਾਲ ਵੀ ਕਾਫੀ ਪ੍ਰੋਮਿਸਿੰਗ ਰਹੇਗਾ ਜਿਹੜੇ ਬੱਚੇ ਪੜ੍ਹਨ ਜਾਣਾ ਚਾਹੁੰਦੇ ਨੇ। ਅਤੇ ਉਮੀਦ ਹੈਗੀ ਹੈ ਕਿ ਜਿਹੜਾ ਆ 30,000 ਦਾ ਡਾਟਾ ਹੈਗਾ ਵਾ, ਉਹ ਅਪਰੋਕਸੀਮੇਟ 60-70,000 ਨੂੰ ਟੱਚ ਕਰੇਗਾ, ਕਿਉਂਕਿ ਸਪਤੰਬਰ ਪੋਸਟ ਸਟੱਡੀ ਵਰਕ ਪਰਮਿਟ ਲਾਂਚ ਹੋਣ ਤੋਂ ਬਾਅਦ ਸਪਤੰਬਰ ਇਨਟੇਕ ਵਾਸਤੇ ਟਾਈਮ ਮਿਲਿਆ ਨਹੀਂ ਸੀਗਾ। ਫੈਬ ਇਨਟੇਕ 'ਚ ਬਹੁਤ ਜ਼ਿਆਦਾ ਜਿਹੜਾ ਜੈਨ ਫੈਬਰ ਹੈਗਾ, ਲੋਕਾਂ ਨੂੰ ਅਵੇਅਰਨੈਸ ਸੀਗੀ ਨਹੀਂ, ਹੁਣ ਤੋਂ ਬਹੁਤ ਜ਼ਿਆਦਾ ਸਟੂਡੈਂਟ, ਈਵਨ ਮੇਰੇ ਕੋਲ ਵੀ ਸਪਤੰਬਰ 2020 ਮਈ 2020 ਵਾਸਤੇ ਬੱਚਿਆਂ ਨੇ ਆਲਰੇਡੀ ਅਪਲਾਈ ਕਰਨਾ ਸ਼ੁਰੂ ਕਰਤਾ। ਸੋ ਕੋਈ ਵੀ ਸਟੂਡੈਂਟ ਬਾਹਰ ਪੜ੍ਹਨ ਜਾਣਾ ਚਾਹੁੰਦਾ ਹੈਗਾ ਯੂਕੇ ਦਾ, ਇੱਕ ਕਾਫੀ ਅੱਛੀ ਚੀਜ਼ ਹੈਗੀ ਹੈ, ਵਿਦਾਊਟ ਆਇਲਸ ਵੀਜ਼ਾ ਦੇ ਰਿਹਾ, ਇੰਟਰਵਿਊ ਨਹੀਂ ਹੈਗਾ, ਗੈਪ ਲੈ ਰਿਹਾ ਵਾ, ਅੱਛੀ ਇਕੋਨਮੀ ਹੈਗੀ ਹੈ, ਕਰੰਸੀ ਵੈਲਿਊ ਅੱਛੀ ਹੈ। ਸੋ 2020 ਦਾ ਜਿਹੜਾ ਸਾਲ ਹੈਗਾ ਕਾਫੀ ਪ੍ਰੋਮਿਸਿੰਗ ਰਹੇਗਾ ਜਿਹੜਾ ਬੱਚਾ ਯੂਕੇ ਪੜ੍ਹਨ ਜਾਣਾ ਜੀ। ਚਲੋ ਬਹੁਤ ਜ਼ਿਆਦਾ ਡਾਟਿਆਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਪੰਜਾਬ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਕੁਛ ਲੈਣਾ ਦੇਣਾ ਨਹੀਂ। ਪੰਜਾਬ ਦੇ ਬੱਚਿਆਂ ਨੂੰ ਇਹ ਹੁੰਦਾ ਕਿ ਮੇਰਾ ਵੀਜ਼ਾ ਲੱਗ ਜੇ, ਮੈਂ ਯੂਕੇ ਪਹੁੰਚ ਜਾ, ਬਾਕੀ ਜੋ ਕੰਮ ਹੁੰਦਾ ਹੋਣ ਦੇ, ਭਾਵੇਂ ਉਹਨਾਂ ਵੱਲੋਂ 7 ਲੱਖ ਬੱਚੇ ਨੂੰ ਬੁਲਾਉਣ, ਭਾਵੇਂ ਉਹਨਾਂ ਵੱਲੋਂ 70 ਲੱਖ ਬੱਚੇ ਨੂੰ ਬਣਾ ਜਾ, ਮੈਂ ਯੂਕੇ ਚੱਲ ਜਾਵਾਂ। ਅੱਜ ਦੀ ਡੇਟ ਦੇ ਵਿੱਚ ਅਸੀਂ ਦਸੰਬਰ ਦੇ ਪਹਿਲੇ ਹਫ਼ਤੇ 'ਚ ਬੈਠੇ ਹਾਂ, ਕੀ ਲੱਗਦਾ ਕਿ ਹਜੇ ਯੂਨੀਵਰਸਿਟੀਜ਼ ਆਫਰਸ ਦੇ ਸਕਦੀਆਂ ਜਨਵਰੀ ਲਈ? ਇੰਨੀ ਜਲਦੀ ਆਫਰ ਆ ਕੇ ਬੱਚੇ ਆਪਣੇ ਫੰਡਸ ਮੈਨੇਜ ਕਰ ਸਕਦਾ, ਉਹਦੀ ਕੈਸ਼ ਪੋਕੇ 'ਤੇ ਆ ਸਕਦੀ, ਔਰ ਬੱਚਾ ਜਨਵਰੀ ਸੈਸ਼ਨ ਲਈ ਅਪਲਾਈ ਕਰ ਸਕਦਾ, ਜਾਂ ਸਿਰਫ ਔਰ ਸਿਰਫ ਕੁਛ ਏਜੰਟਸ ਕੀ ਕਰ ਰਹੇ ਆ, ਫਾਈਲਸ ਇਕੱਠੇ ਕਰ ਰਹੇ, ਬਸ ਹੌਲੀ ਜਿਹੀ ਕਹਿਣਗੇ ਨਹੀਂ ਤੇਰਾ ਇਨਟੇਕ ਡੈਫਰ ਹੋ ਗਿਆ, ਹੁਣ ਤੈਨੂੰ ਮਈ ਤੱਕ ਵੇਟ ਕਰਨੇ ਪੈਣੇ। ਨਹੀਂ ਇਹਦੇ ਵਿੱਚ ਜਿਵੇਂ ਆਪਾਂ ਲਾਸਟ ਸੰਡੇ ਜਿਹੜਾ ਆਪਣਾ ਸ਼ੋਅ ਆਇਆ ਸੀ ਉਹ 'ਚ ਇਸੇ ਚੀਜ਼ 'ਤੇ ਚਰਚਾ ਕੀਤੀ ਸੀ, ਕਿਉਂਕਿ ਹੁਣ ਕੀ ਹੋ ਰਿਹਾ, ਹਰ ਦਿਨ ਨਵਾਂ ਸਿਨੈਰੀਓ ਸਾਹਮਣੇ ਆ ਰਿਹਾ। ਉਸ ਟਾਈਮ ਸਾਨੂੰ ਵੀ ਲੱਗ ਰਿਹਾ ਸੀ ਐਡਮਿਸ਼ਨਸ ਬੰਦ ਹੋ ਜਾਣਗੀਆਂ, ਕਿਉਂਕਿ ਯੂਨੀਵਰਸਿਟੀ ਕੋਲ ਟਾਈਮ ਬਚੇਗਾ ਨਹੀਂ, ਪਰ ਅੱਜ ਦੀ ਡੇਟ ਵੀ ਉਦਣ ਤੋਂ ਬਾਅਦ ਵੀ ਮੈਂ ਯੋਰ ਯੂਨੀਵਰਸਿਟੀ ਨੂੰ ਐਪਲੀਕੇਸ਼ਨ ਇਨਰੋਲ ਕਰਨ ਤੋਂ ਪਹਿਲਾਂ ਪੁੱਛਦਾ ਵੀ ਆਹ ਐਪਲੀਕੇਸ਼ਨਸ ਹੈਗੀਆਂ ਪ੍ਰੋਸੈਸ ਕਰਦੀ ਹੈ। ਸੋ ਐਜ਼ ਆਫ ਨਾਓ ਈਵਨ ਦਸੰਬਰ ਦੇ ਪਹਿਲੇ ਹਫ਼ਤੇ 'ਚ ਵੀ ਉਹ ਕਹਿ ਰਹੇ ਨੇ ਜੇ ਬੱਚੇ ਕੋਲ ਫੰਡ ਰੈਡੀ ਪਿਆ, ਜਿਵੇਂ ਆਪਾਂ ਲਾਸਟ ਟਾਈਮ ਚਰਚਾ ਕੀਤੀ ਸੀ ਵੀ ਜੇ ਤੁਹਾਡੇ ਕੋਲ ਫੰਡ ਰੈਡੀ ਪਏ ਨੇ, ਤੁਸੀਂ 15-20 ਦਿਨ ਲਾ ਕੇ ਡਾਕੂਮੈਂਟ ਦੀ ਭੱਜ ਨੱਠ ਕਰ ਲਓਗੇ ਤਾਂ ਤੁਸੀਂ ਅਪਲਾਈ ਕਰ ਲੈਂਦੇ ਹੋ। ਫੋਰ ਐਗਜ਼ਾਮਪਲ ਦਸੰਬਰ 2 ਨੂੰ ਮੇਰੇ ਕੋਲ ਸਟੂਡੈਂਟ ਰੋਲ ਹੋਇਆ, ਡਾਕੂਮੈਂਟ LORMI ਪਹਿਲੀ ਰੇਂਜ ਕੀਤੇ ਹੋਏ ਸੀਗੇ, ਵਿਦਇਨ 1-2 ਵਰਕਿੰਗ ਡੇਜ਼ ਉਹਦਾ ਆਫਰ ਲੈਟਰ ਆ ਗਿਆ। ਹੁਣ 2-3 ਦਿਨ ਦੇ ਵਿੱਚ ਬੱਚੇ ਨੇ ਖਾਤਾ ਖੁਲਾ ਕੇ ਆਪਣੇ ਫੰਡ ਡਿਪੋਜ਼ਿਟ ਕਰ ਦੇਣੇ ਨੇ, ਅਤੇ ਵਿਦਇਨ 10 ਦਿਨ ਦੇ ਵਿੱਚ ਮੈਡੀਕਲ ਵਗੈਰਾ ਕਰਵਾ ਕੇ ਉਹਦੀ ਫਾਈਲ ਸਬਮਿਟ ਹੋ ਜਾਏਗੀ। ਸੋ ਸਾਨੂੰ ਖੁਦ ਨੂੰ ਨਹੀਂ ਪਤਾ ਸੀਗਾ ਵੀ ਅਸੀਂ ਇੱਕ ਬੱਚੇ ਦੀ ਫਾਈਲ 10 ਦਿਨ ਦੇ ਵਿੱਚ ਸਾਰੀ ਰੈਡੀ ਕਰਕੇ ਸਬਮਿਟ ਕਰ ਪਾਵਾਂਗੇ। ਸੋ ਹੁਣ ਦਾ ਜੋ ਸਿਨੈਰੀਓ ਹੈਗਾ ਕਾਫੀ ਪ੍ਰੋਮਿਸਿੰਗ ਹੈਗਾ, ਅਤੇ ਹਜੇ ਵੀ ਜੇ ਕੋਈ ਸਟੂਡੈਂਟ ਮੈਂ ਕਹਿੰਦਾ ਸੋਚ ਰਿਹਾ ਹੈਗਾ ਵਾ ਜ਼ਿਆਦਾ ਟਾਈਮ ਜ਼ਾਇਆ ਨਾ ਕਰੇ, ਸਾਡੇ ਕਿਹੜੇ ਵੀ ਨੀਅਰ ਬਾਏ ਤੁਹਾਡੀ ਬ੍ਰਾਂਚ ਹੈਗੀ ਹੈ ਉੱਥੇ ਤੁਸੀਂ ਸਿਰਫ ਆਪਣਾ 10th+2 ਪਾਸਪੋਰਟ ਜਾਂ ਜੋ ਵੀ ਤੁਹਾਡੀ ਰੈਲੇਵੈਂਟ ਪੜ੍ਹਾਈ ਕੀਤੀ ਹੋਈ ਹੈ, ਫੀਸ ਸਾਰੀ, ਈਵਨ ਤੁਹਾਡੀ ਕਾਲਜ ਦੀ ਆਫਰ ਲੈਟਰ ਦੀ ਫੀਸ, ਕਾਲਜ ਦੀ ਫੀਸ, ਅੰਬੈਸੀ ਫੀਸ ਹੋ ਗਿਆ, ਇੰਸ਼ੋਰੈਂਸ ਹੋ ਗਿਆ, ਉਹ ਸਾਰਾ ਜਿਹੜਾ ਖਰਚਾ ਹੈਗਾ ਕੰਪਨੀ ਆਪਣੀ ਪੋਕਟ ਤੋਂ ਬੀਅਰ ਕਰੇਗੀ ਟਿਲ ਦਾ ਟਾਈਮ ਤੁਹਾਡਾ ਵੀਜ਼ਾ ਗ੍ਰਾਂਟ ਹੋ ਕੇ ਨਹੀਂ ਆ ਜਾਂਦਾ। ਸੋ ਜੋ ਤੁਸੀਂ ਡਿਸੀਜਨ ਲੈਣਾ ਉਹ ਸਿਰਫ ਇੰਨਾ ਡਿਸੀਜਨ ਲੈਣਾ ਕਿ ਮੈਂ ਜਾਣਾ ਜਾਂ ਮੈਂ ਨਹੀਂ ਜਾਣਾ, ਜੇ ਮੈਂ ਜਾਣਾ ਕੀ ਮੇਰੀ ਇਲੀਜੀਬਿਲਿਟੀ ਹੈਗੀ ਹੈ, ਕੀ ਮੇਰੇ ਕੋਲ ਬਜਟ ਰੈਡੀ ਪਿਆ ਵਾ, ਜੇ ਬਜਟ ਰੈਡੀ ਪਿਆ ਮੋਸਟ
ਸਟੱਡੀ ਗੈਪ ਦੀ ਤੁਸੀਂ ਗੱਲ ਕਰ ਰਹੇ ਹੋ, ਕਿੰਨਾ ਕੁ ਸਟੱਡੀ ਗੈਪ ਹੈਗਾ ਇੱਥੇ ਬੱਚਾ ਤੁਹਾਡੇ ਕੋਲ ਆਵੇ? ਕਿਉਂਕਿ ਅੱਜ ਮਾਰਕੀਟ ਦੇ ਵਿੱਚ ਇਹ ਚਰਚਾ ਚੱਲ ਰਹੀ ਕਿ 2015 ਪਲੱਸ ਟੂ ਪਾਸ ਜਾਂ 2016 ਪਲੱਸ ਟੂ ਪਾਸ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ। ਸੋ ਜਿਹੜੀ ਯੂਨੀਵਰਸਿਟੀ ਤੁਸੀਂ ਕਹਿ ਰਹੇ ਹੋ ਕਿ ਐਡਮਿਸ਼ਨਸ ਦੇ ਰਹੀ, ਕੀ ਗੈਪ ਵਾਲੇ ਸਟੂਡੈਂਟ ਨੂੰ ਐਡਮਿਸ਼ਨ ਦੇਵੋ? ਨਹੀਂ, ਸਾਡੇ ਕੋਲ ਸਾਡਾ ਜੋ ਕੰਪਨੀ ਦਾ ਵਰਕਿੰਗ ਮਾਡਲ ਹੁੰਦਾ, ਅਸੀਂ ਸਿਰਫ ਸਟੂਡੈਂਟ ਦਾ ਬੇਸਿਕ ਫੋਕਸ ਦੇ ਦਿੰਦੇ, ਉਹਦੀ ਸਕਿੱਲ ਕੀ ਆ, ਗੈਪ ਭਾਵੇਂ 5-7-8 ਸਾਲ ਦਾ ਜਸਟੀਫਾਈਡ ਹੈਗਾ ਜਾਂ ਨਹੀਂ ਹੈਗਾ। ਥਰਡ, ਉਹਦੇ ਕੋਲ ਫੰਡ ਰੈਡੀ, ਕਿਉਂਕਿ ਇਸ ਟਾਈਮ ਦਾ ਜੋ ਸਨਾਰੀ ਹੋਏਗਾ, ਅੰਬੈਸੀ ਬਹੁਤ ਜ਼ਿਆਦਾ ਇੰਟਰਵਿਊ ਦੇ ਵਿੱਚ ਪੈ ਨਹੀਂ ਰਹੀ, ਡਿਟੇਲਾਂ ਦੇ ਵਿੱਚ ਪੈ ਨਹੀਂ ਰਹੀ। ਸੋ ਅੱਛੀ ਚੀਜ਼ ਹੈਗੀ ਹੈ, ਜੇ ਅਪਲਾਈ ਕਰਨਾ ਚਾਹੁੰਦੇ ਹੋ ਬਿਨਾਂ ਗੈਪ ਦੀ ਹੈਡੇਕ ਲਏ, ਘੱਟ ਪਰਸੈਂਟੇਜ ਹੈਗੇ, ਈਵਨ 48-52% ਵਾਲੇ ਬੱਚਿਆਂ ਦੇ ਜਿਹੜੇ ਹੈਗੇ ਨੇ ਆਫਰ ਲੈਟਰਸ ਆਏ ਨੇ। ਮੇਰੀ ਅੱਜ ਹੀ ਇੱਕ ਸਟੂਡੈਂਟ ਦੀ ਆਫਰ ਲੈਟਰ ਆਈ ਹੈ, ਉਹਦੇ ਇੰਗਲਿਸ਼ ਦੇ ਵਿੱਚੋਂ 38% ਸੀਗੇ, ਬਟ ਉਦੋਂ ਬਾਅਦ ਗੈਪ ਉਹਨੇ ਅੱਛਾ ਕਵਰ ਕੀਤਾ ਹੋਇਆ ਸੀਗਾ, ਆਇਲਸ ਦੇ ਵਿੱਚੋਂ ਬੈਂਡ ਸਕੋਰ ਅੱਛਾ ਸੀਗਾ। ਸੋ ਹਜੇ ਵੀ ਅਪਲਾਈ ਕਰਨਾ ਚਾਹੁੰਦੇ, ਕੋਈ ਬਹੁਤ ਜ਼ਿਆਦਾ ਦੋਰਾਏ ਕਰਨ ਦੀ ਲੋੜ ਨਹੀਂ, ਬਟ ਹਾਂ ਦਸੰਬਰ ਜਿਹੜਾ ਜੈਨ ਇਨਟੇਕ ਤੋਂ ਬਾਅਦ ਥੋੜ੍ਹਾ ਜਿਹਾ ਸ਼ਾਇਦ ਚੀਜ਼ਾਂ ਦੇ ਵਿੱਚ ਬਦਲਾਅ ਹੋਣ ਦੀ ਉਮੀਦ ਹੈਗੀ ਆ। ਜੀ, ਸੋ 50% ਨੰਬਰ ਆ, ਸਾਲ 2 ਸਾਲ 3 ਸਾਲ ਦਾ ਸਟੱਡੀ ਗੈਪ ਹੈਗਾ, ਤੁਹਾਡੇ ਕੋਲ LOR MOIs ਹੈਗੀਆਂ ਨੇ, ਤੁਹਾਡੇ ਕੋਲ ਜਿਹੜਾ ਜਸਟੀਫਿਕੇਸ਼ਨ ਹੈਗੀ ਤੁਹਾਡੇ ਗੈਪ ਦੀ, ਤਾਂ ਤੁਸੀਂ UK ਹਜੇ ਵੀ ਜਾ ਸਕਦੇ ਹੋ। 12ਵੀਂ ਪਾਸ ਹੋਣੇ ਤੁਸੀਂ ਲਾਜ਼ਮੀ ਹੋ, ਗ੍ਰੈਜੂਏਟ ਹੋ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਜਨਵਰੀ ਸੈਸ਼ਨ ਲਈ ਬਹੁਤ ਸਾਰੀ ਸੀਟਸ ਬਚੀਆਂ। ਸੋ ਅਮਨਦੀਪ ਜੀ, ਇੱਕ ਟ੍ਰੇਡ ਸੀਕਰਟ ਇਹ ਹੈ ਵੀ ਇਸ ਮੰਚ 'ਤੇ ਅਸੀਂ ਯੂਨੀਵਰਸਿਟੀਆਂ ਦੇ ਨਾਮ ਤਾਂ ਨਹੀਂ ਦੱਸ ਸਕਦੇ ਹੋ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਡਾਲੀ, ਬਟ ਅਲਟੀਮੇਟਲੀ ਇੰਨਾ ਤਾਂ ਜੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀ ਯੂਨੀਵਰਸਿਟੀ ਆ ਉਹ ਲੰਡਨ ਦੇ ਵਿੱਚ ਆ, ਜਾਂ ਉਹ ਸਕਾਟਲੈਂਡ ਦੇ ਵਿੱਚ ਆ, ਜਾਂ ਉਹ ਬਰਮਿੰਗਮ ਦੇ ਵਿੱਚ ਆ, ਕਿਹੜੀ ਜਗ੍ਹਾ 'ਤੇ, ਵੇਲਸ ਦੇ ਵਿੱਚ ਆ, ਕਿਸ ਜਗ੍ਹਾ 'ਤੇ ਬੱਚਿਆਂ ਨੂੰ ਭੇਜੋਗੇ? ਦੇਖੋ ਜੀ, ਮੈਂ ਲਾਸਟ ਟਾਈਮ ਵੀ ਮੈਂਸ਼ਨ ਕੀਤਾ ਸੀ, ਮੇਰੇ ਵਾਸਤੇ ਸਾਰਾ UK ਲੰਡਨ ਤੱਕ ਸੀਮਤ ਨਹੀਂ ਹੈਗਾ। ਸੋ ਇਸ ਟਾਈਮ ਵੇਲਸ ਦੇ ਵਿੱਚ 4-5 ਯੂਨੀਵਰਸਿਟੀਜ਼ ਹੈਗੀਆਂ ਐਡਮਿਸ਼ਨਸ ਦੇ ਰਹੀਆਂ ਨੇ, ਸਕਾਟਲੈਂਡ ਦੇ ਵਿੱਚ 2-3 ਹੈਗੀਆਂ ਨੇ, ਇੰਗਲੈਂਡ ਦੇ ਵਿੱਚ 6-7 ਯੂਨੀਵਰਸਿਟੀਜ਼ ਐਡਮਿਸ਼ਨ ਦੇ ਰਹੀਆਂ ਨੇ, ਪਰ ਉਹ ਚੀਜ਼ ਡਿਪੈਂਡ ਕੀਤੇ ਕਰਦੀ ਹੈ ਕਿਹੜੇ ਕੋਰਸ 'ਤੇ ਜਾਣਾ ਵਾ, ਉਹ ਕੋਰਸ ਦੇ ਵਿੱਚ ਸੀਟਸ ਅਵੇਲੇਬਲ ਹੈਗੀਆਂ ਜਾਂ ਨਹੀਂ ਹੈਗੀਆਂ। ਮੈਡੀਕਲ ਦੇ ਮੇਜਰ ਪ੍ਰੋਗਰਾਮਸ ਬੰਦ ਹੋ ਚੁੱਕੇ ਨੇ, ਸੋ ਸਟੂਡੈਂਟ ਦੀ ਪ੍ਰੋਫਾਈਲ ਦੇ ਸਾਹਮਣੇ ਸਾਨੂੰ ਔਨ ਸਪੋਟ ਦੇਖਣਾ ਪੈਂਦਾ ਕਿ ਇਹਦਾ ਟਾਈਮਲਾਈਨ ਮੈਨੇਜ ਹੋ ਜਾਏਗਾ ਨਹੀਂ ਹੋ ਜਾਏਗਾ। ਕਈ ਵਾਰ ਬੱਚਿਆਂ ਕੋਲ ਫੰਡ ਪੁਰਾਣੇ ਹੁੰਦੇ ਨੇ, ਕਈ ਵਾਰ ਨਹੀਂ ਹੁੰਦੇ, ਸੋ ਮੌਕੇ ਦੀ ਕੈਲਕੂਲੇਸ਼ਨ ਹੈਗੀ ਆ। ਬਟ ਹਜੇ ਵੀ ਜੇ ਤੁਸੀਂ ਕੰਸਿਡਰ ਕਰਨਾ ਚਾਹੁੰਦੇ ਹੋ, ਇੱਕ ਵਾਰ ਜੋ ਵੀ ਤੁਹਾਡੀ ਨੀਅਰ ਬਾਏ ਬ੍ਰਾਂਚ ਹੈਗੀ ਵਿਜ਼ਿਟ ਕਰੋ, ਜੇ ਤੁਹਾਨੂੰ ਸਮਝ ਆਉਂਦਾ, ਤੁਹਾਡੇ ਮਨ ਨੂੰ ਲੱਗਦਾ, ਬਹੁਤ ਜ਼ਿਆਦਾ ਸੋਚੇ ਬਿਨਾਂ ਆਪਣਾ ਅਪਲਾਈ ਕਰ ਦਿਓ, ਅਤੇ ਉਸ ਚੀਜ਼ ਦਾ ਜਿਹੜਾ ਇਸ ਟਾਈਮ ਤੁਹਾਨੂੰ ਬੈਨੀਫਿਟ ਕੀ ਮਿਲੇਗਾ, ਜਿਹੜਾ ਤੁਹਾਡਾ ਐਪਲੀਕੇਸ਼ਨ ਟਾਈਮਲਾਈਨ ਅਸੀਂ ਖੁਦ 50 ਦਿਨ ਦਾ ਕਹਿ ਕੇ ਚੱਲਦੇ ਹੁੰਦੇ ਸੀ, ਉਹ 15-25 ਦਿਨ ਦੇ ਵਿੱਚ ਮੈਨੇਜ ਹੋ ਜਾਏਗਾ। ਅਤੇ ਇਹ 'ਚ ਮੈਂ ਇੱਕ ਚੀਜ਼ ਜ਼ਰੂਰੀ ਹੋਰ ਐਡ ਔਨ ਕਰਨੀ ਚਾਹੂੰਗਾ, ਕੁਛ ਯੂਨੀਵਰਸਿਟੀਜ਼ UK ਦੀ ਇੱਕ ਪ੍ਰੋਬਲਮ ਆਈ ਆ, ਮੈਂ ਨਾਮ ਨਹੀਂ ਲਊਂਗਾ ਕਿਹੜੇ ਕੰਪਨੀ ਕੋਲ ਆਈ ਹੈ ਜਾਂ ਕਿਹੜੀ ਯੂਨੀਵਰਸਿਟੀ ਕੋਲ ਆਈ ਹੈ, ਬਲਕ ਦੇ ਵਿੱਚ ਫੀਸਾਂ ਚਲੀ ਗਈਆਂ, ਯੂਨੀਵਰਸਿਟੀ ਨੇ ਕਹਿ ਤਾ ਵੀ ਹੁਣ ਮੈਂ ਐਡਮਿਸ਼ਨ ਇਸ ਇਨਟੇਕ 'ਚ ਬੱਚੇ ਕੈਸ਼ ਨਹੀਂ ਇਸ਼ੂ ਕਰਨੀ, ਤੁਸੀਂ ਸਪਤੰਬਰ ਦੇ ਵਿੱਚ ਆ ਜਾਓ, ਫੀਸ ਬੱਚਾ ਵਾਪਸ ਮੰਗਾਉਣ ਜੋਗਾ ਹੈ ਨਹੀਂ ਗਾ, ਵਾਪਸ ਮੰਗਾਊਗਾ ਫਿਰ ਟਾਈਮ ਖਰਾਬ। ਸੋ ਉਹ ਚੀਜ਼ ਦਾ ਥੋੜ੍ਹਾ ਜਿਹਾ ਅਵੋਇਡ ਕਰਕੇ ਚੱਲਿਓ, ਜੇ ਤੁਸੀਂ ਅਪਲਾਈ ਡਾਇਰੈਕਟ ਕਰਦੇ ਹੋ ਜਾਂ ਆਪ ਕਰਦੇ ਹੋ ਜਾਂ ਫੀਸ ਪਹਿਲਾਂ ਪੇ ਕਰਦੇ ਹੋ, ਖੁਦਾ ਨਾ ਖਾਸਾ ਤੁਹਾਡੀ ਕੈਸ਼ ਨਹੀਂ ਇਸ਼ੂ ਹੋਈ ਹੈਗੀ ਇਸ ਟਾਈਮ ਦੇ ਸਿਨਾਰੀਓ ਦੇ ਵਿੱਚ, ਉਹ ਤੁਹਾਡੀ ਫੀਸ ਪੂਰਾ 1 ਸਾਲ ਬਲੌਕ ਹੋ ਜਾਏਗੀ। ਸਾਡੇ ਕੇਸ ਦੇ ਵਿੱਚ ਉਹ ਤੁਹਾਡੀ ਹੈਡੇਕ ਨਹੀਂ ਹੈਗੀ, ਸੋ ਅਸੀਂ ਆਪਣੇ ਐਂਡ ਤੇ ਮੇਕ ਸ਼ੋਰ ਕਰਕੇ ਚੱਲਾਂਗੇ ਵੀ ਜੇ ਮੈਂ ਦਸੰਬਰ ਜਾਂ ਜੈਨ ਇਨਟੇਕ ਵਾਸਤੇ ਤੁਹਾਡੀ ਫਾਈਲ ਸਬਮਿਟ ਕਰ ਰਿਹਾ, ਕੋਈ ਇਹੋ ਜਿਹੀ ਪੋਸੀਬਿਲਿਟੀ ਨਾ ਆਵੇ ਕਿ ਤੁਹਾਨੂੰ ਜੈਨ ਇਨਟੇਕ ਦੀ ਕੈਸ਼ ਲੈਟਰ ਨਾ ਮਿਲੇ। ਜੀ, ਸੋ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛਣਾ ਚਾਹੂੰਗਾ, ਪਰ ਦਰਸ਼ਕਾਂ ਨੂੰ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ UK ਜਾਣਾ ਚਾਹੁੰਦੇ ਹੋ, ਹਜੇ ਵੀ ਜਨਵਰੀ ਸੈਸ਼ਨ ਲਈ ਫੰਡਸ ਰੈਡੀ ਪਏ ਨੇ, ਤੁਹਾਡੀ ਆਫਰ ਲੈਟਰ, ਕੈਸ਼, ਮੈਡੀਕਲ ਸਭ ਚੀਜ਼ਾਂ 10-15 ਦਿਨ ਦੇ ਵਿੱਚ ਹਜੇ ਵੀ ਹੋ ਸਕਦੀਆਂ ਨੇ। ਲੰਡਨ ਜਾਣਾ, ਵੇਲਸ ਜਾਣਾ, ਬਰਮਿੰਗਮ ਜਾਣਾ, ਸਕਾਟਲੈਂਡ ਜਾਣਾ, ਹਜੇ ਵੀ ਸੀਟਸ ਬਚੀਆਂ ਨੇ ਤੁਹਾਡੇ ਕੋਲ, ਇੱਕੋ ਸ਼ਰਤ ਆ ਕਿ ਤੁਹਾਡੇ ਕੋਲ ਫੰਡਸ ਰੈਡੀ ਹੋਣੇ ਚਾਹੀਦੇ ਨੇ। ਕਾਲ ਕਰ ਸਕਦੇ ਹੋ 70-819-70-819 ਨੰਬਰ 'ਤੇ, 7081970819 ਨੰਬਰ 'ਤੇ ਕਾਲ ਕਰ ਸਕਦੇ ਹੋ। ਯੂਰੋਕੈਨ ਗਲੋਬਲ ਤੋਂ ਵੀਜ਼ਾ ਐਕਸਪਰਟ ਅਮਨਦੀਪ ਸਿੰਘ ਜੀ ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਨੇ ਮੰਚ 'ਤੇ। ਸੋ ਇੱਕ ਪੰਜਾਬ ਦੇ ਬੱਚਿਆਂ ਦੇ ਵਿੱਚ ਹੋਰ ਡਰ ਪਾਇਆ ਜਾਂਦਾ, ਉਹ ਕਹਿੰਦੇ ਜੀ ਸਾਨੂੰ ਉਸ ਯੂਨੀਵਰਸਿਟੀ ਦੇ ਵਿੱਚ ਪਾਇਓ, ਉਸ ਯੂਨੀਵਰਸਿਟੀ 'ਚ ਐਡਮਿਸ਼ਨ ਦਵਾਇਓ ਜਿਹੜੀ ਯੂਨੀਵਰਸਿਟੀ ਸਾਡਾ ਇੰਟਰਵਿਊ ਨਹੀਂ ਲੈਂਦੀ। ਸੋ ਕੀ ਇੰਟਰਵਿਊ ਅੱਜ ਦੀ ਡੇਟ 'ਚ ਯੂਨੀਵਰਸਿਟੀਆਂ ਲੈ ਰਹੀਆਂ, ਜਾਂ ਜਿਹੜੇ ਬੱਚੇ ਹੁਣ ਤੁਹਾਡੇ ਕੋਲ ਆਉਣਗੇ ਇੰਟਰਵਿਊ ਫੇਸ ਕਰਨੀ ਪੈ ਸਕਦੀ? ਦੇਖੋ ਜੀ, ਆਲਮੋਸਟ ਸਾਰੀ ਯੂਨੀਵਰਸਿਟੀਜ਼ ਦੇ ਕ੍ਰੈਡੀਬਿਲਿਟੀ ਇੰਟਰਵਿਊ ਆ ਰਹੇ ਨੇ, ਬਟ ਕੁਛ ਯੂਨੀਵਰਸਿਟੀਜ਼ ਜਿਨ੍ਹਾਂ ਦੇ ਸਟੂਡੈਂਟ ਦੀ ਪ੍ਰੋਫਾਈਲ ਅੱਛੀਆਂ ਨੇ ਉਹ ਸਕਿੱਪ ਕਰ ਰਹੇ ਨੇ। ਸੋ ਇੰਗਲਿਸ਼ ਦਾ ਡਰ ਰੱਖ ਕੇ ਨਾ ਚੱਲੋ, ਮੈਂ ਇਹ ਨਹੀਂ ਕਹਿ ਰਿਹਾ ਵੀ 100-100 ਬੱਚੇ ਸਾਰੇ ਕੋਲ ਆ ਕੇ ਅਪਲਾਈ, ਬੱਚੇ ਨੂੰ ਅੰਗਰੇਜ਼ੀ ਦਾ ਡਰ ਨਹੀਂ, ਬੱਚੇ ਨੂੰ ਡਰ ਹੈ ਕਿ ਇੰਟਰਵਿਊ 'ਚ ਪਤਾ ਨਹੀਂ ਮੈਨੂੰ ਪੁੱਛ ਕੀ ਲੈਣਾ, ਹੋ ਸਕਦਾ। ਸਰ ਦੇਖੋ ਜੀ, ਇਹ ਫਿਰ ਕੱਲ ਨੂੰ ਜੇ UK ਜਾ ਕੇ ਜੋਬ ਦਾ ਇੰਟਰਵਿਊ ਦੇਣ ਜਾਣਗੇ ਉਹਦਾ ਵੀ ਡਰ ਹੋਊਗਾ, PR ਵਾਸਤੇ ਇਮੀਗ੍ਰੇਸ਼ਨ ਕੋਲ ਜਾਣਗੇ ਉਹਦਾ ਵੀ ਡਰ ਹੋਊਗਾ। ਡਰ ਨਾ ਆਪਾਂ ਕੁਝ ਕਰ ਨਹੀਂ ਸਕਦੇ, ਜੇ ਡਰ ਹੈਗਾ ਵਾ ਇਹੋ ਜਿਹੀ ਚੀਜ਼ ਦਾ ਡਰ ਹੈਗਾ, ਫਿਰ ਮੈਂ ਤੁਹਾਨੂੰ ਕਹਿ ਰਿਹਾ ਉਦੋਂ ਵੱਡੀਆਂ ਮੁਸ਼ਕਲਾਂ, ਵਰਕ ਪਰਮਿਟ ਵਾਸਤੇ ਇੰਟਰਵਿਊ ਦੇਣਾ, ਜੋਬ ਵਾਸਤੇ ਇੰਟਰਵਿਊ ਦੇਣਾ, ਜਦੋਂ ਉੱਥੇ ਸੈਟਲਮੈਂਟ ਵਾਸਤੇ ਤੁਸੀਂ UK ਦਾ ਸੈਟਲਮੈਂਟ ਸਟੇਟਸ ਅਪਲਾਈ ਕਰਨਾ ਉਹਦੇ ਵਾਸਤੇ ਇੰਟਰਵਿਊ ਦੇਣਾ, ਫਿਰ ਉਹ ਇਸ ਤੋਂ ਵੱਡੇ ਇਮਤਿਹਾਨ ਕਿਵੇਂ ਕਰੋਗੇ ਜੇ ਇਹ ਛੋਟੀ ਜਿਹੀ ਚੀਜ਼ ਤੋਂ ਤੁਸੀਂ ਡਰ? ਅੱਛਾ, ਵੈਸੇ ਅਮੂਮਨ ਇੰਟਰਵਿਊ 'ਚ ਪੁੱਛਿਆ ਕੀ ਜਾ ਸਕਦਾ ਬੱਚੇ ਨੂੰ?
ਸਰ ਬੇਸਿਕ ਉਹਨਾਂ ਨੇ ਦੋ ਚੀਜ਼ਾਂ ਜੱਜ ਕਰਨੀ ਹੁੰਦੀਆਂ, ਮੋਟੀਵੇਸ਼ਨ ਇੰਟੈਂਸ਼ਨ, ਮੋਟੀਵੇਸ਼ਨ ਬੱਚਾ ਆਪਣੀ ਪੜ੍ਹਾਈ ਦੇ ਪ੍ਰਤੀ ਕਿੰਨਾ ਮੋਟੀਵੇਟਡ ਆ, ਉਹਨੂੰ ਕੀ ਇਨਫੋਰਮੇਸ਼ਨ ਆ। ਦੂਜੀ ਚੀਜ਼ ਇੰਟੈਂਸ਼ਨ ਵੀ ਜੈਨੂਇਨ ਪੜ੍ਹਨ ਵਾਲਾ ਸਟੂਡੈਂਟ ਹੈਗਾ ਜਾਂ ਨਹੀਂ ਹੈਗਾ। ਹੁਣ ਸਟੂਡੈਂਟ ਨੂੰ ਕਈ ਵਾਰ ਪੁੱਛ ਲੈਂਦੇ ਤੇਰੇ ਸਬਜੈਕਟ ਕੀ ਨੇ, ਬੱਚਿਆਂ ਨੂੰ ਸਬਜੈਕਟ ਦੇ ਨਾਂ ਨਹੀਂ ਪਤਾ ਹੁੰਦੇ, ਜੀ ਏਜੰਟ ਨੂੰ ਪਤਾ, ਜੀ ਏਜੰਟ ਨੇ ਪੜ੍ਹਨ ਜਾਣਾ, ਏਜੰਟ ਹੀ ਅਪਲਾਈ ਕਰ ਲੂਗਾ, ਉਹਨੂੰ ਤੁਹਾਨੂੰ ਕਿਉਂ ਨਹੀਂ ਪਤਾ ਹੈਗਾ। ਸੋ ਦੋ ਚੀਜ਼ਾਂ ਮੇਕ ਸ਼ੋਰ ਕਰਕੇ ਚੱਲੋ ਕਿ ਮੈਂ ਕੀ ਪੜ੍ਹਾਈ ਕੀਤੀ ਹੈ, ਕੀ ਪੜ੍ਹਨ ਜਾ ਰਿਹਾ, ਕਿਉਂ ਯੂਕੇ 'ਚ ਹੋਣਾ, ਕਿਉਂ ਮੈਂ ਆਪਣਾ ਇੱਥੇ ਪੈਸਾ ਲਾ ਰਿਹਾ ਵਾਂ, ਉੱਥੇ ਮੇਰੇ ਕੀ ਫਿਊਚਰ ਪਲਾਨ ਆ, ਯੂਕੇ ਦੀ ਪੜ੍ਹਾਈ ਦਾ ਮੈਨੂੰ ਕੀ ਬੈਨੀਫਿਟ ਹੋਊਗਾ। ਜੇ ਤੁਹਾਡੇ ਕੋਲ ਇਹ ਚਾਰ ਪੰਜ ਚੀਜ਼ਾਂ ਦੇ ਵਟ ਵੈਨ ਵੇਅਰ ਵਾਏ ਹਾਓ ਦੇ ਜਵਾਬ ਹੈਗੇ ਨੇ, ਤੁਹਾਨੂੰ ਵੀਜ਼ਾ ਮਿਲ ਜੂਗਾ। ਜੇ ਇਹਨਾਂ 'ਚੋਂ ਕਿਸੇ ਵੀ ਇੱਕ ਦਾ ਚੀਜ਼ ਦਾ ਜਵਾਬ ਨਹੀਂ ਹੈਗਾ, ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਜੀ ਸੋ ਦਰਸ਼ਕਾਂ ਦੱਸ ਦਈਏ ਕਿ ਯੂਰੋਕੈਨ ਗਲੋਬਲ ਤੋਂ ਵੀਜ਼ਾ ਐਕਸਪਰਟ ਅਮਨਦੀਪ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸੀ। ਯੂਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਆਖਰੀ ਕਾਲ, ਆਖਰੀ ਸੱਦਾ, ਆਖਰੀ ਨਿਮੰਤਰਣ। ਜਿਹੜੇ ਬੱਚੇ ਜਨਵਰੀ ਸੈਸ਼ਨ ਲਈ ਯੂਕੇ ਜਾਣਾ ਚਾਹੁੰਦੇ ਨੇ, ਅੱਜ ਵੀ ਉਹ ਆਪਣੀ ਫਾਈਲ ਜਿਹੜੀਆਂ ਯੂਰੋਕੈਨ ਗਲੋਬਲ ਦੇ ਦਫ਼ਤਰਾਂ 'ਚ ਰਜਿਸਟਰਡ ਕਰਵਾ ਸਕਦੇ ਨੇ। ਜਨਵਰੀ ਸੈਸ਼ਨ ਲਈ ਜਿਹੜੀਆਂ ਸੀਟਸ ਬਚੀਆਂ ਨੇ, ਛੋਟਾ ਜਿਹਾ ਮੈਸੇਜ ਆਉਂਦੀ ਆ, ਸੁਨੇਹਾ ਬੱਚਿਆਂ ਲਈ ਕੀ ਦੇਣਾ ਚਾਹੋਗੇ? ਜੀ, ਯੂਕੇ 20 ਦਸੰਬਰ ਤੋਂ ਬਾਅਦ ਮੇਰਾ ਖੁਦ ਦਾ ਵਿਜ਼ਿਟ ਹੈਗਾ, 15 ਤੋਂ 20 ਦਿਨ ਦਾ ਟ੍ਰਿਪ ਹੈਗਾ। ਸੋ ਕੋਈ ਬੱਚਾ ਯੂਕੇ ਉੱਥੇ ਕੋਈ ਹੈਲਪ ਚਾਹੀਦੀ ਹੈ, ਕਿਸੇ ਨੂੰ ਨੰਬਰ ਹੈਗਾ 3538941691 63, ਨੀਚੇ ਫੁੱਟਰ ਦੇ ਵਿੱਚ ਵੀ ਅਸੀਂ ਰਿਫਲੈਕਟ ਕਰਵਾ ਦਾਂਗੇ। ਸੋ ਕੋਈ ਬੱਚਾ ਕੰਟੈਕਟ ਕਰਨਾ ਚਾਹੁੰਦਾ ਵਟਸਐਪ 'ਤੇ ਜਾਂ ਈਮੇਲ 'ਤੇ ਕੰਟੈਕਟ ਕਰ ਸਕਦਾ। ਬਾਕੀ ਯੂਕੇ ਦੇ ਰਿਗਾਰਡਿੰਗ ਹੋਰ ਬਹੁਤ ਅੱਛੀ ਓਪਰਚੁਨਿਟੀਜ਼ ਜਾਂ ਅਪਡੇਟ ਤੁਹਾਡੇ ਨਾਲ ਦਸੰਬਰ ਐਂਡ ਜਾਂ ਜਨਵਰੀ ਦੇ ਵਿੱਚ ਦੁਬਾਰਾ ਲੈ ਕੇ ਆਵਾਂਗੇ। ਜੀ, ਸੋ 70819 70819 ਨੰਬਰ ਨੋਟ ਕਰ ਲਓ, 7 0 8 1 9 7 0 8 1 9 70 8 19 70 8 19। ਫਿਲਾਜਾ ਚਾਹੁੰਦੇ ਅਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ। ਮੇਰਾ ਨਾਮ ਗੁਰਮੈਕ ਸਿੰਘ ਹੈ, ਮੈਂ ਫਰੀਦਕੋਟ ਤੋਂ ਬਿਲੋਂਗ ਕਰਦਾ। ਮੈਂ ਆਪਦੀ ਪਲੱਸ ਟੂ 2016 ਵਿੱਚ ਕੰਪਲੀਟ ਕੀਤੀ ਸੀ, ਉਹ ਜਿਸ ਤੋਂ ਬਾਅਦ ਮੈਂ ਬਾਹਰ ਨੂੰ ਜਾਣਾ ਚਾਹੁੰਦਾ ਸੀਗਾ ਅਤੇ ਵਿਦਾਊਟ ਆਈਲੈਟਸ, ਬਟ ਕੋਈ ਵੀ ਮੇਰੀ ਫਾਈਲ ਐਕਸੈਪਟ ਨਹੀਂ ਕਰ ਰਿਹਾ ਸੀਗਾ। ਅਤੇ ਉਸ ਤੋਂ ਬਾਅਦ ਮੈਂ ESCU ਗਲੋਬਲ ਨਾਲ ਸੰਪਰਕ ਕੀਤਾ ਔਨ ਫੇਸਬੁੱਕ ਪੇਜ 'ਤੇ, ਅਤੇ ਜਿਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਵੇ ਨਾਲ ਗਾਈਡ ਕੀਤਾ। ਸੋ ਐਂਡ ਮੇਰਾ ਇਸ ਵਿੱਚ 3 ਸਾਲ ਦਾ ਗੈਪ ਵੀ ਸੀਗਾ ਜਿਹੜਾ ਇਹਨਾਂ ਨੇ ਅਤੇ ਮੇਰਾ ਗੈਪ ਕਲੀਅਰ ਕਵਰ ਕੀਤਾ ਐਂਡ ਮੇਰਾ ਵੀਜ਼ਾ ਮੇਰੇ ਹੱਥ ਵਿੱਚ ਲੈ ਕੇ ਦਿੱਤਾ। ਸੋ ਮੈਂ ਕੰਪਨੀ ਦੇ ਡਾਇਰੈਕਟਰ ਅਮਨਦੀਪ ਸਿੰਘ ਐਂਡ ਉਹਨਾਂ ਦੇ ਸਾਰੇ ਕੰਪਨੀ ਦੇ ਮੈਂਬਰ ਦਾ ਸਟਾਫ ਕੰਪਨੀ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਐਂਡ ਮੈਂ ਆਪਦੇ ਫਰੈਂਡਸ ਨੂੰ ਐਡਵਾਈਸ ਦਿੰਦਾ ਹਾਂ ਕਿ ਜਦੋਂ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹਾਂ ਤਾਂ ਇਹਨਾਂ ਨਾਲ ਜ਼ਰੂਰ ਇੱਕ ਵਾਰੀ ਕੰਟੈਕਟ ਕਰੋ, ਇਹ ਬਹੁਤ ਵਧੀਆ ਡੀਲ ਕਰਦੇ ਹਨ।